ਦੋਸਤੋ ਸਭ ਤੋਂ ਪਹਿਲਾਂ ਤਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਅੱਜ ਆਪਾਂ ਅਮਰ ਸਿੰਘ ਚਮਕੀਲਾ ਜੀ ਦੇ ਉਸ ਸਟੇਜੀ ਪ੍ਰੋਗਰਾਮ ਬਾਰੇ ਗੱਲ ਕਰਾਂਗੇ ਜੋ ਕਿ ਉਹਨਾਂ ਦੀ ਜ਼ਿੰਦਗੀ ਦਾ ਦੂਜਾ ਸਟੇਜੀ ਪ੍ਰੋਗਰਾਮ ਵੀ ਕਿਹਾ ਜਾ ਸਕਦਾ ਹੈ, ਜੋ ਕਿ ਉਹਨਾਂ ਇੱਕ ਸਹਾਇਕ ਕਲਾਕਾਰ ਵਜੋਂ ਪੇਸ਼ ਕੀਤਾ ਸੀ। ਕਹਿਣ ਨੂੰ ਤਾਂ ਚਮਕੀਲਾ ਜੀ ਦੀ ਪਹਿਲੀ ਸਟੇਜ ਚੰਡੀਗੜ੍ਹ 45 ਸੈਕਟਰ ਬੜੈਲ ਵਿਖੇ ਲੱਗੀ ਸੀ, ਪਰ ਜਿਹੜੀ ਬਹਿਜਾ ਉਹਨਾਂ ਨੇ ਆਪਣੀ ਦੂਜੀ ਸਟੇਜ 'ਤੇ ਕਰਾਈ, ਜਿਹੜੀ ਕਿ ਅਬੋਹਰ ਕੋਲ ਪਿੰਡ ਗਿੱਡੂ ਖੇੜੇ ਲੱਗੀ ਸੀ, ਉਹ ਉੱਥੋਂ ਦੇ ਲੋਕਾਂ ਨੂੰ ਅੱਜ ਤੱਕ ਚੇਤੇ ਹੈ। ਦੋਸਤੋ ਹੈਰਾਨਗੀ ਦੀ ਇਹ ਗੱਲ ਵੀ ਹੈ ਕਿ ਉਦੋਂ ਤੱਕ ਵੀ ਅਮਰ ਸਿੰਘ ਚਮਕੀਲਾ ਜੀ ਦੀ ਕੋਈ ਅਫੀਸ਼ੀਅਲ ਰਿਕਾਰਡਿੰਗ ਨਹੀਂ ਸੀ ਹੋਈ, ਭਾਵ ਉਹਨਾਂ ਦਾ ਕੋਈ ਗੀਤ ਮਾਰਕੀਟ ਦੇ ਵਿੱਚ ਨਹੀਂ ਸੀ ਆਇਆ। ਪਿੰਡ ਗਿੱਡੂ ਖੇੜੇ ਉਹ ਕਿਸ ਕਲਾਕਾਰ ਨਾਲ ਗਏ ਸੀ ਅੱਗੇ ਵੀਡੀਓ ਵਿੱਚ ਤੁਹਾਨੂੰ ਦੱਸਦੇ ਹਾਂ। ਤਾਂ ਦੋਸਤੋ ਅੱਜ ਆਹੀ ਕਿੱਸਾ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਹਾਂ, ਉਮੀਦ ਹੈ ਤੁਸੀਂ ਪਸੰਦ ਕਰੋਗੇ। ਆ ਜਾਓ ਸ਼ੁਰੂ ਕਰਦੇ ਹਾਂ। ਚਮਕੀਲੇ ਨੂੰ ਘਰੇ ਗਿਆਂ ਕਈ ਦਿਨ ਹੋ ਗਏ ਸੀ। ਇੱਕ ਸ਼ਾਮ ਚਮਕੀਲਾ ਕੇਸਰ ਟਿੱਕੀ ਨੂੰ ਕਹਿੰਦਾ, ਟਿੱਕੀ ਆ ਅੱਜ ਮੇਰੇ ਨਾਲ ਚੱਲ, ਆਪਾਂ ਯਾਰ ਪਿੰਡ ਨੂੰ ਚੱਲਦੇ ਹਾਂ। ਸਾਈਕਲ 'ਤੇ ਸਵਾਰ ਹੋ ਕੇ ਦੋਨੋਂ ਜਣੇ ਦੁੱਗਰੀ ਅੱਧੀ ਰਾਤ ਨੂੰ ਚਲੇ ਗਏ। ਦਾਰੂ ਦਾ ਅਧੀਆ ਉਹ ਨਾਲ ਲੈ ਗਏ ਸੀ। ਟਿੱਕੀ ਨੂੰ ਬੈਠਕ ਵਿੱਚ ਬਿਠਾ ਕੇ ਚਮਕੀਲਾ ਗਲਾਸ 'ਤੇ ਪਾਣੀ ਦਾ ਜੱਗ ਲੈਣ ਗਿਆ ਤਾਂ ਟਿੱਕੀ ਨੂੰ ਚਮਕੀਲੇ ਨਾਲ ਲੜਦੀ ਕਿਸੇ ਔਰਤ ਦੀਆਂ ਆਵਾਜ਼ਾਂ ਸੁਣਾਈ ਦੇਣ ਲੱਗ ਪਈਆਂ ਸੀ। ਚਮਕੀਲਾ ਬੈਠਕ ਵਿੱਚ ਆ ਕੇ ਉੱਚੀ ਆਵਾਜ਼ ਵਿੱਚ ਰੇਡੀਓ ਲਗਾ ਗਿਆ ਸੀ, ਟਿੱਕੀ ਤੂੰ ਗਾਣਾ ਸੁਣ, ਮੈਂ ਪਾਣੀ ਲੈ ਕੇ ਆਇਆ। ਚਮਕੀਲਾ ਫੇਰ ਜਾ ਕੇ ਚੌਂਕੇ ਵਿੱਚ ਕਿਸੇ ਔਰਤ ਨਾਲ ਲੜਨ ਲੱਗ ਪਿਆ ਸੀ। ਰੇਡੀਓ ਲੱਗਿਆ ਹੋਣ ਦੇ ਬਾਵਜੂਦ ਵੀ ਉਹਨਾਂ ਲੜਦਿਆਂ ਦੇ ਬੋਲ ਟਿੱਕੀ ਨੂੰ ਸੁਣ ਰਹੇ ਸੀ। ਥੋੜ੍ਹੀ ਦੇਰ ਬਾਅਦ ਚਮਕੀਲਾ ਬੈਠਕ ਵਿੱਚ ਆਇਆ ਅਤੇ ਰੇਡੀਓ ਬੰਦ ਕਰਕੇ ਟਿੱਕੀ ਨੂੰ ਕਹਿੰਦਾ, ਚੱਲ ਟਿੱਕੀ ਆਪਾਂ ਤੇਰੇ ਕਮਰੇ ਵਿੱਚ ਹੀ ਚੱਲਦੇ ਹਾਂ, ਇੱਥੇ ਨਹੀਂ ਯਾਰ ਆਪਾਂ ਨੂੰ ਕਿਸੇ ਨੇ ਆਰਾਮ ਨਾਲ ਸੌਣ ਦੇਣਾ। ਰਾਤ ਦੇ 1 ਵਜੇ ਹੋਏ ਸੀ। ਦੋਨੋਂ ਜਣੇ ਸਾਈਕਲ ਚੱਕ ਕੇ ਲੁਧਿਆਣੇ ਆ ਗਏ ਸੀ। ਰਸਤੇ ਵਿੱਚ ਟਿੱਕੀ ਨੇ ਚਮਕੀਲੇ ਨੂੰ ਪੁੱਛਿਆ ਸੀ, ਉਹ ਜਿਹੜੀ ਜਨਾਨੀ ਤੇਰੇ ਨਾਲ ਲੜਦੀ ਸੀ ਉਹ ਭਲਾ ਕੌਣ ਸੀ, ਤੂੰ ਵਿਆਹਿਆ ਹੋਇਆ? ਚਮਕੀਲਾ ਕੁਝ ਨਹੀਂ ਸੀ ਬੋਲਿਆ, ਲੇਕਿਨ ਕੇਸਰ ਟਿੱਕੀ ਸਮਝ ਗਿਆ ਸੀ ਕਿ ਚਮਕੀਲਾ ਵਿਆਹਿਆ ਹੋਇਆ ਸੀ ਅਤੇ ਲੜਨ ਵਾਲੀ ਔਰਤ ਉਸਦੀ ਪਤਨੀ ਸੀ। ਟਿੱਕੀ ਨੂੰ ਗਿਆਨ ਹੋ ਗਿਆ ਸੀ ਕਿ ਚਮਕੀਲੇ ਦੀ ਘਰਵਾਲੀ ਨਾਲ ਬਣਦੀ ਨਹੀਂ ਸੀ ਅਤੇ ਉਹ ਘਰੋਂ ਦੁਖੀ ਸੀ, ਇਸੇ ਲਈ ਘਰ ਜਾਣ ਤੋਂ ਉਹ ਅਕਸਰ ਟਲਦਾ ਹੀ ਹੁੰਦਾ ਸੀ। ਉਹ ਦੇਰੀ ਨਾਲ ਰਾਤ ਪਈ ਅਤੇ ਘਰ ਜਾਂਦਾ ਹੁੰਦਾ ਸੀ ਅਤੇ ਸਵੇਰੇ ਸਵਖਤੇ ਹੀ ਲੁਧਿਆਣੇ ਆ ਜਾਂਦਾ ਸੀ। ਵਾਹ ਲੱਗਦੀ ਤਾਂ ਚਮਕੀਲਾ ਰਾਤ ਲੁਧਿਆਣੇ ਟਿੱਕੀ ਕੋਲ ਹੀ ਕੱਟਣ ਨੂੰ ਤਰਜੀਹ ਦਿੰਦਾ ਸੀ। ਟਿੱਕੀ ਨੂੰ ਆਪਣਾ ਕਿਰਾਇਆ ਨਾ ਦੇ ਸਕਣ ਕਾਰਨ ਕਿਰਾਏ ਵਾਲਾ ਕਮਰਾ ਛੱਡਣਾ ਪੈ ਗਿਆ ਸੀ। 2-3 ਮਹੀਨੇ ਟਿੱਕੀ ਅਤੇ ਚਮਕੀਲਾ ਦੋਨੋਂ ਅਕਾਲ ਟਰਾਂਸਪੋਰਟ ਦੇ ਮੈਨੇਜਰ ਹਰਨੇਕ ਸਿੰਘ ਦੀ ਮਿਹਰਬਾਨੀ ਸਦਕਾ ਉਸਦੀ ਵਰਕਸ਼ਾਪ ਵਿੱਚ ਸੌਂਦੇ ਰਹੇ ਸੀ। ਫਿਰ ਟਿੱਕੀ ਨੇ ਉਸ ਵਕਤ ਤਿਲਕਰ ਰਾਤ ਦਾ ਕਮਰਾ ਕਿਰਾਏ 'ਤੇ ਲੈ ਲਿਆ ਸੀ। ਟਿੱਕੀ ਨੇ ਧਨੀ ਰਾਮ ਨੂੰ ਆਪਣੇ ਨਾਲ ਰਹਿਣ ਦੀ ਸਲਾਹ ਦਿੰਦਿਆਂ ਕਿਹਾ ਸੀ, ਤੂੰ ਮੇਰੇ ਨਾਲ ਹੀ ਕਿਰਾਏ 'ਤੇ ਕਮਰੇ ਵਿੱਚ ਰਹਿ ਲਿਆ ਕਰ, ਆਪਾਂ ਪ੍ਰੋਗਰਾਮ ਲਾ ਕੇ ਕਿਰਾਇਆ ਅੱਧਾ ਅੱਧਾ ਕਰ ਲਿਆ ਕਰਾਂਗੇ, ਨਾਲੇ ਰੋਟੀ ਪਾਣੀ ਵੀ ਆਪਾਂ ਨੂੰ ਚਾਚੇ ਤਿਲਕਰਾਜ ਦੀਆਂ ਬੇਟੀਆਂ ਸਿੰਮੀ ਦੇ ਬਬਲੀ ਬਣਾ ਕੇ ਖਵਾ ਦਿਆ ਕਰਨਗੀਆਂ। ਚਮਕੀਲਾ ਮੰਨ ਗਿਆ ਸੀ ਅਤੇ ਟਿੱਕੀ ਨਾਲ ਰਹਿਣ ਲੱਗ ਪਿਆ ਸੀ। ਉਸ ਦਿਨ ਦੁੱਗਰੀ ਤੋਂ ਆ ਕੇ ਕਮਰੇ ਵਿੱਚ ਦੋਨਾਂ ਨੇ ਅਧੀਆ ਦਾਰੂ ਦਾ ਪੀਤਾ ਅਤੇ ਫਿਰ ਸੌ ਗਏ ਸੀ। ਅਗਲੇ ਦਿਨ ਕੇਸਰ ਟਿੱਕੀ ਨੇ ਗੁਰਚਰਨ ਪੋਲੀ ਨਾਲ ਪ੍ਰੋਗਰਾਮ 'ਤੇ ਜਾਣਾ ਸੀ। ਟਿੱਕੀ ਦਾਰੂ ਦਾ ਭੰਨਿਆ ਹੋਇਆ ਜਦ ਉੱਠ ਨਾ ਸਕਿਆ ਤਾਂ ਪੋਲੀ ਉਸ ਨੂੰ ਲੈਣ ਆ ਗਿਆ ਸੀ। ਚਮਕੀਲੇ ਨੂੰ ਸੁੱਤਾ ਪਿਆ ਦੇਖ ਕੇ ਪੋਲੀ ਨੇ ਪੁੱਛਿਆ ਸੀ, ਯਾਰ ਇਹ ਮੁੰਡਾ ਕੌਣ ਹੈ? ਇਹ ਚਮਕੀਲਾ ਹੈ, ਛਿੰਦੇ ਨਾਲ ਹੈਲਪਰ ਸਿੰਗਰ ਜਾਂਦਾ ਹੈ। ਉਸ ਦਿਨ ਪੋਲੀ ਦੀ ਮੰਡਲੀ ਦੇ ਮਦਨ ਲਾਲ ਰਾਹੀ ਨੇ ਨਹੀਂ ਸੀ ਜਾਣਾ। ਪੋਲੀ ਨੂੰ ਇੱਕ ਬੰਦੇ ਦੀ ਲੋੜ ਸੀ। ਉਸ ਨੇ ਟਿੱਕੀ ਨੂੰ ਪੁੱਛਿਆ ਸੀ, ਜੇ ਇਹ ਵਿਹਲਾ ਤਾਂ ਇਸ ਨੂੰ ਉਠਾ ਕੇ ਪੁੱਛ ਲੈ, ਪ੍ਰੋਗਰਾਮ 'ਤੇ ਲੈ ਚੱਲਦੇ ਹਾਂ, ਨਾਲੇ ਸੁਣ ਕੇ ਦੇਖ ਲੈਂਦੇ ਹਾਂ ਕਿਹੋ ਜਿਹਾ ਗਾਉਂਦਾ। ਇਹ ਗੱਲ ਸੁਣ ਕੇ ਚਮਕੀਲਾ ਝੱਟ ਉੱਠ ਕੇ ਤਿਆਰ ਹੋ ਗਿਆ ਸੀ। ਅਬੋਹਰ ਕੋਲ ਪਿੰਡ ਗਿੱਡੂ ਖੇੜੇ ਪ੍ਰੋਗਰਾਮ ਸੀ। ਰਸਤੇ ਵਿੱਚ ਚਮਕੀਲਾ ਪੁੱਛਣ ਲੱਗਾ, ਆਪਾਂ ਤਾਂ ਬਾਈ ਜੀ ਮੈਨੂੰ ਲੱਗਦਾ ਖਾਸੀ ਦੂਰ ਆ ਗਏ ਹਾਂ। ਪੋਲੀ ਨੇ ਜਵਾਬ ਦਿੱਤਾ ਸੀ, ਘਬਰਾ ਨਾ, ਇਹ ਤਾਂ ਕੁਛ ਨਹੀਂ, ਅਸੀਂ ਤਾਂ ਰਾਜਸਥਾਨ ਤੱਕ ਜਾਈਦਾ, ਘਬਰਾਉਂਦਾ ਨਹੀਂ ਬਾਈ, ਮੈਂ ਤਾਂ ਉਸ ਤੋਂ ਵੀ ਦੂਰ ਜਾਇਆ ਕਰੂੰਗਾ। ਚਮਕੀਲਾ ਸੜਕ ਨੂੰ ਨਿਹਾਰਦਾ ਹੋਇਆ ਬੋਲਿਆ ਸੀ। ਗੁਰਚਰਨ ਪੋਲੀ ਅਤੇ ਪ੍ਰੋਮਲਾ ਪੰਮੀ ਨੇ ਸਟੇਜ 'ਤੇ 5-6 ਗੀਤ ਗਾ ਕੇ
चमकीले नूं इक गीत गाउण दा समां दित्ता तां चमकीले ने अपना लिखिया गीत गाया सी, कढ लै संदूक विच्चों रेशमी गरारा, अग दे भंभूके वांगू मच भाबीए, नहीं तूं गिद्धे विच दिओर नाल नच भाबीए। इह गीत सुण के सारे स्रोते नचण लग पए सी अते चमकीले दी पेमेंट नालों दुगणे उस समें इनाम कट्ठे हो गए सी। प्रोग्राम तां मेहनताना 200 रुपए की बजाय पोली ने चमकीले 250 रुपए दिते सी। प्रोग्राम तो आउंदिआं प्रोमला पम्मी ने चमकीले पुछिआ सी, गीत तू आप लिखदा? हाँ जी, चमकीले ने जवाब दिता सी, मैनू भी कुछ लिख के दे दवीं, इंज कर कल नूं गीत लैके 9 बजे साढ़े घर आ जावीं, मैं तेरे गीत देख लवांगी। पम्मी ने सदा दे दिता सी। तिलक रात दे घर मूहरे चमकीले ते टिक्की नूं उतार के ओली एक शराब की बोतल भी गड्डी चो कढ के दे गया सी। उन्होंने रात नूं बोतल पीती ते रोटी मकान मालक तिलक रात दे घरों खा के सौ गए सी। अगले दिन गीतां वाली कापी लैके चमकीला टिक्की नाल पोली दी कोठी नूं चला गया सी। पोली ने आदर सत्कार नाल उन्हां नूं बिठा के पहला चाह पानी पिलाया सी। जद नूं पम्मी भी आ गई सी, उसने बिछी हुई दरी उत्ते टिक्की नूं ढोलकी दे के बिठा दिता ते चमकीले नूं बाजा फड़ा दिता सी। चमकीले कोई गीत सुना, पम्मी ने फरमाइश कीती सी। नहीं भैण जी, पहला तुसी सुनाओ। पम्मी ने एक हीर दी कली गा के सुनाई ते हारमोनीयम चमकीले वल धक्क दिता सी। लै चमकीले, हुण कोई अपना गीत सुना दे। हारमोनीयम उपर उंगलां फेरतियां चमकीले ने पुछिया सी, भैण जी पहला सोलो सुनावां जां दंगणा सुनावां? मध्यम तों उच्चतम सप्तक तक हारमोनीयम उत्ते गजर मचाउंदियां चमकीले दियां उंगलां देख के पम्मी दियां अखां अड्डियां रह गईयां सी। मोया, तेरी इन्नी तैयारी है, तू साडे नाल ही जाया कर। ये गल छड्डो भैण जी, तुसी मेरा गीत सुनो। सोलो तुसी कल सुनी लिया सी, थोनू दगाणा सुणाउंदा। चमकीले ने मैनू चट लै तली दे उत्ते धर के मित्रा मैं खंड बण गई गाउणा शुरू कर दिता सी। ओह गीत मुकदे सार ही चमकीले ने नार बैटरी वर्गी दा दूरों लश्कारा पै जांदा छेड़ लिया सी। पम्मी गीत सुनदी हुई बैठी बैठी ही झूमण लग पई सी। जदों चमकीला गा के एक गीत बंद करदा तां पम्मी उसनों आख दिंदी सी, होर सुना। चमकीला होर गीत शुरू कर दिंदा सी। ओह जिहड़ा भी गीत सुणाउंदा पम्मी उसनों सिलैक्ट करके आख दिंदी सी, आह गीत भी मैनू दे दे, आह गीत भी लिखा दे। चमकीलिया तेरा कोई जवाब नहीं। 5-4 गीत सुनन बाद पम्मी पानी लैण उत्थों उठ के गई तां चमकीला टिक्की नाल सलाह करन लग पिया सी। चोड़ विच आ के गीत सुनाई जाना यार मैं, ते इह सारे ही मंगी जांदी है, किवें करिए, गीत लिखवा दईए कि ना? टिक्की पैसे पुखों थोड़ा जिहा लालची किस्म दा इंसान सी, उसने चमकीले नूं चक दित्ता सी, ना इहनूं पैसे लए बिना गीत ना लिखाई, बहाना ला दवें के लिख के दे के जावांगा। पम्मी वापस आ के दरी ते बैठी तां चमकीले ने कहा सी, भैण जी लो एक सोलो आइटम सुन के देखो। चमकीले ने गीत गाउणा आरंभ किया सी। हथ अड्डदी फिरदी है तारा पुत नूं हिक नाल ला के, एक दे दिओ दमड़ा नहीं मैं आउणा पुत दी लाश जला के। राणी तारामती दी दर्दमई जीवन गाथा वाला यह गीत गाउंदिआं चमकीले दी आवाज़ विच सोहज अते अंतां दा विराग सी। गीत दे बोल कालजे नूं धूह पाउंदे सी। गीत सुणदिआं पम्मी दीआं अखां नम हो गईआं सी। गीत खत्म होए तों ओह अखां चुन्नी नाल पूंझदी हुई बोली सी, चमकीलिया दगाणा मैं तेरा फेर लवांगी, सब तों पहलां मैनूं इह सोलो गीत दे दे। गीत तां भैण जी मैं दे दिंदा, पर मेरी भी एक शर्त है, गीत तां देऊं जे तुसीं रिकॉर्ड करवाओगे। पम्मी ने गीत रिकॉर्ड कराउण दा वादा करके गीत ले लिया सी ते कोल पगाउंदिआं उस तों थोड़ी देर बाद ही रिकॉर्ड भी करवा दिता सी। उदों तों चमकीला पम्मी पोली नाल प्रोग्रामां ते जाण लग पिया सी। उस तों बाद छिंदा हरचरण गरेवाल जां जिस कलाकार नूं लोड़ हुंदी सी चमकीला उसे नाल प्रोग्रामां ते साज वजाउण जां सहायक गायक वजों जाण लग पिया सी। चमकीले ने बाल कटा के अमिताभ बच्चन वर्गा हेयर स्टाइल बना लिया सी, पर जनतक तौर ते ओह पग बन के रखदा सी ते प्रोग्रामां विच उस दे सिर ते पुरातन पंजाबी गवैयां वांग मावा लगी शमले वाली पग हुंदी सी। बहुत बहुत धन्नवाद दोस्तो, मिलदे हां एक होर स्टोरी नाल।